ਜੁਡੀਸ਼ੀਅਲ ਕੋਰਟ ਕੰਪਲੈਕਸ ਅਜਨਾਲਾ 'ਚ ਅੱਜ ਕੋਰੋਨਾ ਵਾਇਰਸ ਦੇ ਸੰਬੰਧ 'ਚ ਜਾਗਰੂਕ ਕਰਨ ਦੇ ਲਈ ਕੋਰਟ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੋਰੋਨਾ ਦੇ ਬਾਰੇ 'ਚ ਜਾਗਰੂਕ ਕੀਤਾ ਗਿਆ। ਇਸ ਕੈਂਪ 'ਚ ਸੀਨੀਅਰ ਜੱਜ ਮੈਡਮ ਰਾਧਿਕਾਪੁਰੀ, ਸ਼੍ਰੀ ਰਾਮਪਾਲ, ਸ਼੍ਰੀ ਸ਼ਿੰਕੀ ਕੁਮਾਰ ਪਹੁੰਚੇ। ਇਸ ਮੌਕੇ ਨੋਡਲ ਅਫਸਰ ਅਤੇ MD ਮੈਡੀਸਨ ਮੈਡਮ ਡਾਕਟਰ ਸਿਮਰਜੀਤ ਕੌਰ ਨੇ ਅਪੀਲ ਕੀਤੀ ਕਿ ਉਹ ਪੇਪਰ ਵਰਕ ਘੱਟ ਕਰਨ ਅਤੇ ਈਮੇਲ ਦਾ ਜ਼ਿਆਦਾ ਇਸਤੇਮਾਲ ਕਰਨ। ਡਾਕਟਰ ਸਿਮਰਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੌਰ 'ਤੇ ਝੋਲਾ ਛਾਪ ਬੈਠੇ ਡਾਕਟਰਾਂ ਤੋਂ ਦਵਾਈ ਨਾ ਲੈ ਕੇ ਖਾਣ ਅਤੇ ਇਸ ਤੋਂ ਨਾ ਕਿਹਾ ਕਿ ਇਸ ਤੋਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਜੇਕਰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ। ਜਾਣਦੇ ਨੇ TV 'ਤੇ, ਜਾਣਦੇ ਨੇ ਸਾਡੇ ਸੋਸ਼ਲ ਮੀਡੀਆ ਗਰੁੱਪ ਦੇ ਵਿੱਚ, ਹਰ ਇੱਕ ਪਤਾ ਹੈਗਾ, ਹਰ ਕਿਸੇ ਕੋਲ ਇਹਦੇ ਬਾਰੇ ਨੌਲੇਜ ਹੈਗਾ ਕਿ ਇਹ December 2019 ਦੇ ਵਿੱਚ ਡਿਟੈਕਟ ਚੀਨ ਦੇ ਵੁਹਾਨ, ਇਹਦੇ ਨਾਲ 3 ਮੌਤਾਂ ਹੋਈਆਂ ਨੇ। ਇੱਕ ਬੰਬੇ 'ਚ ਸੀਗੀ, ਇੱਕ ਦਿੱਲੀ 'ਚ ਹੋਈ ਆ, ਇੱਕ ਸ਼ਾਇਦ ਕਰਨਾਟਕਾ ਦੇ ਵਿੱਚ ਹੋਈ ਆ। ਅਜਨਾਲਾ ਕੋਰਟ ਵਿੱਚ ਜਿਹੜੇ ਲੋਇਰਸ ਨੇ ਉਹਨਾਂ ਨੂੰ ਅਵੇਅਰਨੈਸ ਦਿੱਤੀ ਅਬਾਊਟ ਕੋਰੋਨਾ ਵਾਇਰਸ। ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਫੋਰ ਪ੍ਰੀਵੈਂਸ਼ਨ ਇੱਕ ਤਾਂ ਹੈਂਡ ਵਾਸ਼ਿੰਗ ਦੇ ਸਟੈਪਸ ਦੱਸੇ ਗਏ ਨੇ। ਸੈਕਿੰਡਲੀ ਫੋਰ ਅਫੀਸ਼ੀਅਲ ਸਟਾਫ ਇਹ ਹੈਗਾ ਕਿ ਜਿਹੜੀ ਮੈਕਸੀਮਮ ਕਮਿਊਨੀਕੇਸ਼ਨ ਹੈ ਉਹ ਪੇਪਰ ਦੀ ਜਗ੍ਹਾ ਈਮੇਲ ਦੇ ਥਰੂ ਕੀਤੀ ਜਾਏ। ਇਸ ਤੋਂ ਇਲਾਵਾ ਮੋਸਟਲੀ ਕਈ ਆਫਿਸਿਸ ਦੇ ਵਿੱਚ ਪੁੱਟ ਔਨ ਅਲਾਰਮ ਕਿ 10-10 ਮਿੰਟ ਬਾਅਦ ਜਿਹੜੇ ਕਿ ਹੱਥ ਧੋਣੇ ਹੈ। ਇਸ ਤੋਂ ਇਲਾਵਾ ਜਿਹੜੇ ਸਰਫੇਸਿਸ ਦੇ ਆਰ ਮੋਸਟਲੀ ਟੱਚ, ਜਿਵੇਂ ਡੋਰ ਨੋਬਸ ਹੋ ਗਏ, ਹੈਂਡਲਸ ਹੋ ਗਏ, ਉਹਨਾਂ ਨੂੰ ਸੈਨੀਟਾਈਜ਼ ਕਰਵਾਇਆ ਜਾਏ। ਜਿਹੜਾ ਹੈਗਾ ਆ ਰੀਕ੍ਰੀਏਸ਼ਨਲ ਦੀਆਂ ਜਿਹੜੀਆਂ ਐਕਟੀਵਿਟੀਜ਼ ਆ ਉਹ ਡਿਸਕਰੇਜ ਕੀਤੀਆਂ ਜਾਣ ਜਿੰਨੀਆਂ ਹੋ ਸਕੇ। ਅਸੀਂ ਕਰਾਊਡਿਡ ਪਲੇਸਿਸ ਨੂੰ ਅਵੋਇਡ ਕਰਨਾ। ਬਾਕੀ ਸਿਵਲ ਹੋਸਪਿਟਲ ਵਿਖੇ ਇਹਦੀ ਜਿਹੜੀ ਅਵੇਅਰਨੈਸ ਦੀ ਅਸੀਂ ਇੱਕ ਸ਼ੁਰੂ ਕੀਤੀ ਹੋਈ ਹੈ ਮੁਹਿੰਮ, ਉਹਨੂੰ ਅਸੀਂ ਕੰਟੀਨਿਊ ਰੱਖਦੇ ਹੋਏ ਸਾਰਿਆਂ ਨੂੰ ਅਪੀਲ ਹੈ। ਬਾਕੀ ਜਿਹੜਾ ਇਹਦੇ ਬਾਰੇ ਬਹੁਤ ਜ਼ਿਆਦਾ ਦਹਿਸ਼ਤ ਫੈਲੀ ਹੋਈ ਹੈ ਉਹਦੇ 'ਚ ਇਹ ਹੈ ਕਿ ਪ੍ਰੀਵੈਂਸ਼ਨ ਇਜ਼ ਦੀ ਓਨਲੀ ਟ੍ਰੀਟਮੈਂਟ, ਬਚਾਓ ਹੀ ਇਹਦਾ ਇਲਾਜ ਹੈ। ਸਾਡੇ ਦੇਸ਼ ਦੇ ਵਿੱਚ ਕੁਝ ਕੇਸਿਸ ਆਏ ਨੇ ਪਰ ਸਾਡਾ ਜਿਹੜਾ ਸਟੇਜ ਫੇਸ 3 ਦੇ ਵਿੱਚ ਦੇਸ਼ ਚੱਲ ਰਿਹਾ। ਇਸ ਜਿਹੜੀ ਵਾਇਰਸ ਦੀ ਮੌਤ ਦਾ ਦਰ ਹੈ, ਮੋਰਟੈਲਿਟੀ ਘੱਟ ਹੈ, ਟ੍ਰਾਂਸਮਿਸ਼ਨ ਜ਼ਿਆਦਾ ਹੈ ਬਟ ਮੌਤ ਦਾ ਦਰ ਬਹੁਤ ਘੱਟ ਹੈ, ਆਲਮੋਸਟ less than 2%। ਇਸ ਕਰਕੇ ਸਾਨੂੰ ਦਹਿਸ਼ਤ ਨਹੀਂ ਫੈਲਾਉਣੀ ਚਾਹੀਦੀ, ਸਾਨੂੰ ਸਿਰਫ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਕਿਸ ਤਰ੍ਹਾਂ ਇਸ ਦਾ ਬਚਾਓ ਕਰਨਾ। ਬਹੁਤ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਸਾਡੇ ਸਮਾਜ ਦੇ ਵਿੱਚ ਝੋਲਾ ਛਾਪ ਡਾਕਟਰ ਬਹੁਤ ਪ੍ਰਚਲਿਤ ਨੇ, ਇਸ ਕਰਕੇ ਮੇਰੀ ਬੇਨਤੀ ਹੈ ਮੇਰੇ ਸਮਾਜ ਨੂੰ, ਮੇਰੇ ਲੋਕਾਂ ਨੂੰ ਕਿ ਕਿਰਪਾ ਕਰਕੇ ਜਿਹੜੇ ਝੋਲਾ ਛਾਪ ਡਾਕਟਰਾਂ ਕੋਲ ਨਾ ਜਾਓ, ਸੈਲਫ ਮੈਡੀਕੇਸ਼ਨ ਨਾ ਕਰੋ, ਆਪਣੇ ਆਪ ਨਾ ਦਵਾਈ ਲਓ, ਕਿਉਂਕਿ ਕੁਝ ਕੁ ਦਵਾਈਆਂ ਨੇ ਜਿਹੜੀਆਂ ਕਿ ਇਸ ਵਾਇਰਸ ਨੂੰ ਵਧਾ ਵੀ ਸਕਦੀਆਂ ਨੇ, ਬੋਡੀ ਦੀ ਇਮਿਊਨਿਟੀ ਨੂੰ ਲੋਅ ਕਰ ਸਕਦੀਆਂ ਨੇ, ਜਿਵੇਂ ਕਿ ਸਟੀਰੋਇਡ ਹੋ ਗਏ। ਇਸ ਕਰਕੇ ਤੁਸੀਂ ਜਿਹੜੀ ਹੈ ਆਪਣੇ ਆਪ ਦਵਾਈ ਨਹੀਂ ਲੈਣੀ, ਸਿਰਫ ਡਾਕਟਰੀ ਸਲਾਹ ਦੇ ਨਾਲ ਹੀ ਤੁਸੀਂ ਦਵਾਈ ਲੈਣੀ ਹੈ। ਤੇ ਜੇ ਕਿਸੇ ਨੂੰ ਕੁਛ ਲੱਛਣ ਲੱਗਦੇ ਨੇ ਤੇ ਉਹ ਜਲਦੀ ਤੋਂ ਜਲਦੀ ਆ ਕੇ ਜਿਹੜੇ ਆ ਡਾਕਟਰੀ ਸਲਾਹ ਲੈਣ ਤਾਂ ਕਿ ਅਸੀਂ ਜਿਹੜਾ ਸਮਾਜ ਦਾ ਭਲਾ ਕਰ ਸਕੀਏ। ਬੁਲੰਟ ਟੀਵੀ ਲਈ ਅਜਨਾਲਾ ਤੋਂ ਜਗਜੀਤ।